ਅੱਜ ਤੁਹਾਡਾ ਜਿੱਦਣਾ ਸਿੱਧਾ ਹੀ ਸੰਪਰਕ ਕਰਾ ਦੇਣਾ ਨਾ ਇਹ ਬੰਦੇ ਦਾ ਨਾਮ ਵਿਸ਼ਾਲਜੀਤ ਆ ਪਿੰਡ ਹੈਗਾ ਅਜਨੇਰ ਐਨ ਖੰਨੇ ਦੇ ਨਾਲ ਬਈ ਸੰਤ ਕੋਈ ਬਣਾਉਣਾ ਹੋਵੇ ਨਾ ਤੇ ਬਣਮਾਉਣ ਵਾਲੀ ਦੀ ਰੂਹ ਖੁਸ਼ ਕਰ ਦਿੰਦਾ ਰੂਹ ਉਹ ਕਹਿੰਦਾ ਬਈ ਬਾਈ ਜੇ ਬਣਵਾ ਕੇ ਰੂਹ ਨਾ ਨਾ ਰਜੇ ਤਾਂ ਫਿਰ ਮੈਨੂੰ ਐਂ ਲੱਗਦਾ ਕਿ ਜਿਹੋ ਜੀ ਕਮਾਈ ਕੀਤੀ ਤੇ ਜਿਹੋ ਜੀ ਨਾ ਕੀਤੀ ਬਾਈ ਸੰਦ ਕੋਈ ਹੋਵੇ ਚਾਹ ਤਵੀਆਂ ਹੋਣ ਚਾਹ ਹਾਲ ਹੋਣ ਚਾਹ ਸੁਭਾਗਾ ਹੋਵੇ ਚਾਹ ਕੋਈ ਰੂਟਾ ਵੇਟਰ ਹੋਵੇ ਚਾਹ ਕੋਈ ਹੋਰ ਮਸ਼ੀਨ ਬਣਾਉਣੀ ਹੋਵੇ ਕੋਈ ਸਿੱਧੀ ਬਜਾਈ ਵਾਲੀ ਕੋਈ ਟੇਢੀ ਬਜਾਈ ਵਾਲੀ ਸਾਰੀਆਂ ਮਸ਼ੀਨਾਂ ਬਣਾ ਲੈਂਦੇ ਆ ਆ ਟਰਾਲਾ ਦੇਖੋ ਪਹਿਲਾਂ ਤਾਂ ਗੌਰ ਨਾਲ ਉਦੋਂ ਬਾਅਦ ਆਜੋ ਆ ਹਾਈਡਰੋਲਿਕ ਤਵੀਆਂ ਤੇ ਬਾਈ ਹਾਈਡਰੋਲਿਕ ਤਵੀਆਂ ਕੋਈ ਵੀ ਸੰਦ ਹੋਵੇ ਬਣਾ ਦਿੰਦੇ ਆ ਬਾਈ ਸਾਈ ਤੇ ਤਵੀਆਂ ਬਾਈ ਨਰੋਈਆਂ ਬਣੀਆਂ ਦੇਖੋ ਆਟੋਮੈਟਿਕ ਤਵੀਆਂ ਆਏ ਥੋੜੋ ਆ ਬਈ ਪਹਿਲਾਂ ਬਾਈ ਸੱਲ ਛੜਨ ਵਾਲਾ ਬੰਦਾ ਪਾ ਲੈਣਾ ਪਊਗਾ ਤੇ ਫਿਰ ਟਾਇਰ ਇਕੱਠੇ ਕਰਾਉਣ ਵਾਲਾ ਬੰਦਾ ਪਾ ਲੈਣਾ ਪਊਗਾ ਆਪਾਂ ਤਾਂ ਪਿੰਡਾਂ 'ਚ ਤਵੀਆਂ ਮਾਰਦੇ ਆ ਤੇ ਦੋ ਬੰਦੇ ਤਾਂ ਆਪਾਂ ਨੂੰ ਨਾਲ ਇਸੇ ਕਰਕੇ ਲੈ ਜਾਣੇ ਪੈਂਦੇ ਆ ਬਈ ਬਾਈ ਉੱਥੇ ਇਕੱਠੀਆਂ ਕਰਾਉਣੀਆਂ ਬਹੁਤ ਔਖੀਆਂ ਆਏ ਬਾਈ ਆਟੋਮੈਟਿਕ ਤਵੀਆਂ ਬਾਈ ਵਿਸ਼ਾਲਜੀਤ ਹੁਣੀ ਬਣਾਉਂਦੇ ਆ ਇਹ ਵੀ ਦੇਖ ਲਿਓ ਗੌਰ ਨਾਲ ਕੰਮ ਹੋਰ ਵੀ ਬੜੇ ਕਰਦੇ ਆ ਆ ਸੁਹਾਗੇ ਬਣਾਏ ਆ ਇਸ ਸਵਾਗੇ ਦੇ ਵਿੱਚ ਪਾਣੀ ਪੈਂਦਾ ਤੇ ਇੱਕ ਕੈਮੀਕਲ ਹੋਰ ਪਾਇਆ ਜਾਂਦਾ ਜਿਹਦੇ ਨਾਲ ਪਾਣੀ ਨਾ ਗਲਦਾ ਨਹੀਂ ਸਵਾਗਾ ਜਿੰਨਾ ਭਾਰਾ ਕਰਨਾ ਉਨਾ ਭਾਰਾ ਕਰ ਸਕਦੇ ਜੇ ਹੌਲਾ ਕਰਨਾ ਤਾਂ ਹੌਲਾ ਵੀ ਕਰ ਸਕਦੇ ਆ ਬਹੁਤ ਵਧੀਆ ਚੀਜ਼ ਬਣੀ ਹੋਈ ਆ ਆ ਘੋੜਿਆਂ ਵਾਲੀ ਟਰਾਲੀ ਤੁਸੀਂ ਵੇਖੀ ਹੋਈ ਆ ਜਿਹੜੀ ਆ ਘੋੜਿਆਂ ਵਾਲੀ ਟਰਾਲੀ ਮੈਂ ਤੁਸੀਂ ਹੁਣ ਦੇਖ ਰਹੇ ਆ ਇਹ ਤੁਸੀਂ ਪਹਿਲਾਂ ਵੇਖ ਹੀ ਚੁੱਕੇ ਆ ਘੋੜਿਆਂ ਵਾਲੀ ਟਰਾਲੀ ਤੇ ਘੋੜਿਆਂ ਵਾਲੀ ਟਰਾਲੀ ਨੂੰ ਬਹੁਤ ਮਾਣ ਦਿੱਤਾ ਮਾ ਕਹਿੰਦਾ ਵੀ ਇੰਨੇ ਵਿਊ ਤੇ ਲਾਈਕ ਐ ਨਜ਼ਾਰੇ ਵੰਤੇ। ਬਾਈ ਵੀ ਦੱਸਦਾ ਕਹਿੰਦਾ ਬਹੁਤ ਫੋਨ ਆਏ ਲੋਕਾਂ ਦੇ। ਤੇ ਪਰ ਬਾਈ ਕੱਲੇ ਘੋੜਿਆਂ ਦੀ ਟਰਾਲੀ ਤਾਂ ਕਿਸਮਤ ਨਹੀਂ। ਸੰਦ ਆ ਜਿੰਨੇ ਟਰੈਕਟਰਾਂ ਦੇ ਮਗਰ ਪਾਈ ਖੜੇ ਆ ਸਾਰੇ ਇਹੀ ਬਣਾਉਂਦੇ ਆ। ਕੋਈ ਤਵੀਆਂ ਹੋ ਗਈਆਂ, ਹਾਲ ਹੋ ਗਏ, ਸੁਹਾਗਾ ਹੋ ਗਿਆ। ਤੇ ਸਭ ਤੋਂ ਵੱਡੀ ਗੱਲ ਇਹ ਆ ਇਹ ਯੂਨੀਵਰਸਿਟੀ ਦੇ ਵਿੱਚ ਵੀ ਲੈ ਕੇ ਜਾਂਦੇ ਹੁੰਦੇ ਆ ਆਪਣੀ ਪ੍ਰਦਰਸ਼ਨੀ। ਦੇ ਸਭ ਤੋਂ ਵਧੀਆ ਗੱਲ ਇਲਾਕੇ ਦੇ ਵਿੱਚ ਇਸ ਗੱਲ ਦੀ ਚਰਚਾ ਤਾਂ ਬੰਦੇ ਕਿ ਇਹ ਜਿਹੜਾ ਇਹਨਾਂ ਦਾ ਸੰਦ ਬਣਿਆ ਹੁੰਦਾ ਨਾ ਉਹ ਸ਼ੁੱਧ ਬੜਾ ਹੁੰਦਾ ਆ ਘੋੜਿਆਂ ਵਾਲੀ ਟਰਾਲੀ ਪਹਿਲੀ ਵਾਰ ਬਣਾਈ ਸੀ ਬਾਈ ਹੁਣਾਂ ਨੇ ਪਹਿਲੀ ਟਰਾਲੀ ਬਣਾਈ ਸੀ ਪਰ ਇੰਨੀ ਸ਼ੁੱਧ ਪਣੀ ਤੇ ਇੰਨੀ ਵਧੀਆ ਬਣੀ ਕਿ ਮੈਂ ਨਾ ਵੀ ਲੋਕਾਂ ਨੇ ਮਾਣ ਦਿੱਤਾ ਫੇਸਬੁੱਕ ਤੇ ਤੇ ਨੰਬਰ ਤੋਂ ਤੇ ਆਰਡਰਾਂ ਵਾਲੇ ਐਂ ਢੇਰ ਲੱਗੇ ਬਾਈ ਵਿਸ਼ਾਲ ਜੀ ਤੇਰੇ ਮੈਨੂੰ ਆਪ ਫੋਨ ਕਰਕੇ ਇਹ ਗੱਲ ਦੱਸੀ ਕਿ ਬਾਈ ਯਾਰ ਤੁੱਕੀ ਘੜਤੀ ਲੋਕਾਂ ਨੇ ਆਰਡਰ ਦੇਣ ਵਾਲੀ ਇਹਦਾ ਐਨ ਸਵਾਦ ਆ ਗਿਆ ਬਾਈ ਤੁਹਾਡੇ ਸਾਹਮਣੇ ਵੀਡੀਓ ਰੱਖਣ ਦਾ ਐਨ ਨਜ਼ਾਰਾ ਆ ਜਾਂਦਾ ਜਦੋਂ ਬਾਈ ਤੁਸੀਂ ਮੁੱਲ ਪਾ ਦਿੰਨੇ ਆ ਪਹਿਲਾਂ ਤਾਂ ਸਾਰਿਆਂ ਦਾ ਇਸ ਗੱਲ ਲਈ ਧੰਨਵਾਦ ਬਹੁਤ ਬਹੁਤ ਵੀ ਬਾਈ ਤੁਸੀਂ ਸਾਰੀਆਂ ਵੀਡੀਓ ਨੂੰ ਮਾਨ ਦਿੰਨੇ ਆ ਤੇ ਨੰਬਰ 2 ਤੇ ਬਾਈ ਜੇ ਕੋਈ ਸੰਦ ਬਣਾਉਣਾ ਹੋਇਆ ਤਾਂ ਮਿਸਤਰੀ ਵਿਸ਼ਾਲਜੀਤ ਦਾ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਤੇ ਤੁਸੀਂ ਬੇਫਿਕਰ ਹੋ ਕੇ ਫੋਨ ਕਰ ਲਓ ਬੜਾ ਹੀ ਪੜਾ ਮਾਨਸ ਬੰਦਾ ਯਾਰ ਬਾਲਾ ਬੀਬਾ ਬੰਦਾ ਆਪਣੇ ਪਿੰਡਾਂ ਵਾਲੇ ਨਹੀਂ ਕਹਿੰਦੇ ਬਾਲਾ ਲੱਠਾ ਬੰਦਾ ਬਾਲਾ ਲੱਠਾ ਬੰਦਾ ਯਾਰ ਤੁਹਾਨੂੰ ਐਵੇਂ ਮਿਲਣ ਵਰਤਨ ਸੰਤ ਬਣਾਉਣਾ ਨਾ ਬਣਾਉਣਾ ਤਾਂ ਉਹ ਤੁਹਾਡੀ ਮਰਜ਼ੀ ਆ ਪਰ ਮੈਨੂੰ ਇੰਨਾ ਪਤਾ ਵੀ ਜੇ ਤੁਸੀਂ ਬੰਦੇ ਨਾਲ ਫੋਨ ਕਰ ਲੈਣਾ ਤੇ ਤੁਹਾਡੇ ਰਿਸ਼ਤੇਦਾਰਾਂ ਗੂ ਮੋਹ ਮੋਬਤ ਬਣ ਜਾਣੀਆਂ ਬੰਦੇ ਨਾਲ ਇਹੋ ਜਿਹਾ ਬੰਦਾ ਹੈ ਬਈ ਵਾਹਿਗੁਰੂ ਤਰੱਕੀਆਂ ਦੇਵੇ ਮੁੰਡਾ ਬੜਾ ਚੰਗਾ ਤੇ ਸਭ ਤੋਂ ਵੱਡੀ ਗੱਲ ਇਸ ਗੱਲ ਦੀ ਉਦਾਹਰਨ ਜਿਹੜੇ ਅੱਜ ਕੱਲ ਨੌਜਵਾਨ ਇਹ ਕਹਿੰਦੇ ਨੇ ਕਿ ਯਾਰ ਇੱਥੇ ਕੰਮ ਹੈ ਨਹੀਂ ਯਾਰ ਇੱਥੇ ਨੌਕਰੀ ਹੈ ਨਹੀਂ ਯਾਰ ਜ਼ਰੂਰੀ ਨਹੀਂ ਵੀ ਆਪਾਂ ਕਿਸੇ ਥਾਂ ਨੌਕਰੀ ਹੀ ਕਰਨੀ ਆ ਆਪਾਂ ਆਪਦਾ ਵੀ ਕੰਮ ਕਰ ਸਕਦੇ ਆ ਇਹ ਕਿੱਡੀ ਗੱਲ ਆ ਯਾਰ ਇਹ ਗੱਲ ਦੀ ਉਦਾਹਰਨ ਵਿਸ਼ਾਲਜੀਤ ਨੌਜਵਾਨ ਮੁੰਡਾ ਬਾਈ ਉੱਠਦਾ ਉੱਠਦਾ ਗੱਭਰੂ ਆ ਤੇ ਉਹਨੇ ਕੰਮ ਸੰਭਿਆ ਆਹ ਦੇਖ ਲਓ ਫੇਸਬੁੱਕ ਤੇ ਉਹ ਪੂਰੀ ਦੁਨੀਆ ਚ ਗਾਹ ਪਾਈ ਫਿਰਦਾ ਚਾਰ ਪੈਸੇ ਵੀ ਕਮਾਉਂਦਾ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਮਾਈ ਕਰਨ ਵਾਸਤੇ ਹਰੇਕ ਬੰਦਾ ਕੰਮ ਕਰਦਾ ਤੇ ਨਾਲ ਦੀ ਨਾਲ ਉਹਦੀ ਦੁਨੀਆ 'ਚ ਵੀ ਇੱਜ਼ਤ ਮਾਣ ਹੈਗਾ ਵੀ ਐਡੀ ਨਹੀਂ ਗੱਲ ਕਿ ਦੁਨੀਆ ਉਹਨੂੰ ਜਾਣਦੀ ਨਹੀਂ ਆ ਤੁਹਾਡੇ ਸਾਹਮਣੇ ਆ ਕਿ ਉਹਦੀਆਂ ਬਣਾਏ ਹੋਏ ਸੰਦ ਜਿਹੜੇ ਫੇਸਬੁੱਕ ਤੇ ਉਹਨੂੰ ਮਾਣ ਮਿਲਦਾ ਤੇ ਉਹਦਾ ਨਾਮ ਵੀ ਆ ਇਸ ਮਸਲੇ ਦੇ ਵਿੱਚ ਮੇਰੇ ਕਹਿਣ ਤੋਂ ਪਾਵੇ ਕਿ ਨੌਜਵਾਨਾਂ ਨੂੰ ਯਾਰ ਇੰਨਾ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਇੱਥੇ ਵੀ ਜਿੰਨੀ ਦੇਸ਼ ਦੀ ਆਬਾਦੀ ਵੱਧਾ ਉਹਨੇ ਕੰਮ ਵੀ ਵੱਧਾ ਉਹਨੀਆਂ ਲੋੜਾਂ ਵੀ ਵੱਧਾ ਜੇ ਅਸੀਂ ਕੰਮਾਂ ਦੇ ਵਿੱਚੋਂ ਕੰਮ ਕੱਢੀਏ ਤਾਂ ਕੰਮ ਭਾਲ ਵੀ ਹੋ ਸਕਦੇ ਆ ਐਡੀ ਨਹੀਂ ਗੱਲ ਸਿਆਣੇ ਕਹਿੰਦੇ ਆ ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਲੋਕ ਆਪਣੀ ਮਦਦ ਆਪ ਕਰਦੇ ਆ ਵਿਸ਼ਾਲਜੀਤ ਉਹਨਾਂ ਦੇ ਵਿੱਚੋਂ ਇੱਕ ਆ ਜਿਉਂਦਾ ਵਸਦਾ ਇਹ ਸੱਜਣਾ ਸਵਾਦ ਆ ਗਿਆ ਤੈਨੂੰ ਮਿਲ ਕੇ